ਬਿਸਮਿਲ੍ਲਾਹ ਅਰ-ਰਹਿਮਾਨ ਅਰ-ਰਹੀਮ ਅਸਲਾਮੁ ਅਲੈਕੁਮ ਦੋਸਤੋ ਅਕਸਰ ਲੋਕਾਂ ਦੀ ਰਿਕੁਐਸਟ ਸੀ ਹਾਫਿਜ਼ ਸਾਹਿਬ ਸਾਨੂੰ ਮੱਛਲੀ ਸਾਫ਼ ਕਰਨ ਦਾ ਤਰੀਕਾ ਦੱਸੋ ਸਾਡੀ ਮੱਛਲੀ ਜੋ ਸਮੈਲ ਲੰਦੀ ਰਹਿੰਦੀ ਸਹੀ ਤਰ੍ਹਾਂ ਸਾਫ਼ ਨਹੀਂ ਹੁੰਦੀ ਸਾਡੀ ਮੱਛਲੀ ਤੇ ਮੈਂ ਕਿਹਾ ਚਲੋ ਦੋਸਤਾਂ ਨਾਲ ਵੀਡੀਓ ਪਾ ਕੇ ਸ਼ੇਅਰ ਕਰ ਦਈਏ ਸਾਰਿਆਂ ਤੋਂ ਪਹਿਲਾਂ ਦੇਖੋ ਜੀ ਮੱਛਲੀ ਇਹਨੂੰ ਮੈਂ ਪੀਸਾਂ ਦੇ ਵਿੱਚ ਕਟਵਾ ਲਿਆ ਛੋਟੇ ਛੋਟੇ ਪੀਸਾਂ ਇਹਨੂੰ ਉਹ ਨਮਕ ਲਾ ਦਿੰਦੇ ਹੁੰਦੇ ਮੱਛਲੀ ਵਾਲੇ ਪਹਿਲੇ ਨਮਕ ਇਹਨੂੰ ਲਾਇਆ ਸੀ ਲੱਗਾ ਸੀ ਤੇ ਹੁਣ ਨਮਕ ਤੋਂ ਬਾਅਦ ਇਹਨੂੰ ਮੈਂ ਅੱਛੀ ਤਰ੍ਹਾਂ ਵਾਸ਼ ਕਰਨਾ ਹੈ ਇਹ ਦੇਖੋ ਜੀ ਐਦਾਂ ਬਿਲਕੁਲ ਅੱਛੀ ਤਰ੍ਹਾਂ ਵਾਸ਼ ਕਰ ਲੈਣਾ ਸਾਦੇ ਪਾਣੀ ਨਾਲ ਇਹਨੂੰ ਸਾਰੇ ਮਛਰੀ ਇਹ ਦੇਖੋ ਜਿਸ ਤਰੀਕੇ ਨਾਲ ਮੈਂ ਕਰ ਲਿਆ ਵਾਸ਼ ਇਸ ਤਰੀਕੇ ਨਾਲ ਤੁਸੀਂ ਇਹਨੂੰ ਅੱਛੀ ਤਰ੍ਹਾਂ ਵਾਸ਼ ਕਰ ਲੈਣਾ ਇਨਸ਼ਾਅੱਲਾ ਤਾਲਾ ਤੁਸੀਂ ਇਹ ਰੈਸਪੀ ਅਜ਼ਮਾਉਂਗੇ ਤੇ ਦੁਆਵਾਂ ਦਊਂਗੇ ਹਾਫ ਸਾਹਿਬ ਨੂੰ ਬਹੁਤ ਹੀ ਜ਼ਬਰਦਸਤ ਰੈਸਪੀ ਦਸੀ ਸਾਡੀ ਮਛਲੀ ਚੋਂ ਭੋਰਾ ਸਮੈਲ ਨਹੀਂ ਆਉਂਦੀ ਕਿਸੇ ਕਿਸਮ ਦੀ ਵੀ ਇਨਸ਼ਾਅੱਲਾ ਜ਼ਰੂਰ ਟਰਾਈ ਕਰਕੇ ਦੇਖਿਓ ਇਹ ਸਾਰੀ ਮਛਲੀ ਨੇ ਇਦਾਂ ਵਾਸ਼ ਕਰ ਲੈਣਾ ਸਾਡੇ ਪਾਣੀ ਨਾਲ ਪਹਿਲਾਂ ਤੇ ਉਸ ਤੋਂ ਬਾਅਦ ਦੇਖੋ ਜੀ ਇਹ ਮੈਂ ਇੱਕ ਪਰਾਤ ਲੈ ਲਈ ਪਰਾਤ ਦੇ ਵਿੱਚ ਮਛਲੀ ਪਾ ਲਿਆ ਦੇਖੋ ਜੀ ਬਿਲਕੁਲ ਸਫੈਦ ਹੋ ਗਈ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਤਕਰੀਬਨ ਮੇ ਕੋ 1 ਕਿਲੋ ਲੱਸੀ ਹੈ 1 ਕਿਲੋ ਲੱਸੀ ਇਹਨੂੰ ਲੱਸੀ ਦੇ ਵਿੱਚ ਇਹ ਦੇਖੋ ਜੀ ਲੱਸੀ ਪਾ ਕੇ ਇਹਨੂੰ ਐਦਾ ਅੱਛੀ ਤਰ੍ਹਾਂ ਹਲਾ ਕੇ ਨਾ ਥੋੜਾ ਥੋੜਾ ਮਲ ਦੇਣਾ ਇਹਨੂੰ ਮਛਲੀ ਨੂੰ ਮਲ ਕੇ ਤੇ ਹੁਣ ਤਕਰੀਬਨ ਆਪਾਂ ਇਹਨੂੰ ਇਹ 1 ਘੰਟੇ ਲਈ ਰੱਖ ਦੇਣਾ ਤਾਂ ਕਿ ਜਿਹੜਾ ਇਹ ਇਹਦੀ ਸਮੈਲ ਵਗੈਰਾ ਸਾਰੀ ਖਤਮ ਹੋ ਜਾਵੇ ਅੱਧਾ ਘੰਟਾ ਰੱਖ ਲਓ ਜਾਂ 1 ਘੰਟਾ ਤੁਸੀਂ ਰੱਖ ਲਓ ਇਹਨੂੰ ਐਦਾਂ ਦੇਖੋ ਜੀ ਮਾਸ਼ਾਅੱਲਾ ਇਹਨੂੰ ਐਦਾਂ ਸਾਰੇ ਜਿਹੜਾ ਡਿਪ ਹੋਇਆ ਹੋਵੇ ਲੱਸੀ ਦੇ ਵਿੱਚ ਬਿਲਕੁਲ मछली सहार पी सकता देखो जी माशाला तो हूँ ये उपापन दे देने दे तकरीबन अद्धे घंटे बाद घंटे बाद अच्छी तरह वाश कर लेना है देखो जी माशाला अद तकरीबन पंताली मिनट मैंने रखे से पंताली मिनटा बाद वाश किया देखो जी माशाला बिल्कुल शीशे की तरह चमक दी इनशाला फ्राई करन की रैसपी मुकम्मल रैसपी दूंगा मैंने दुआ चाद रखो अगली बेटे तक का इजाज़त अल्लाह हाफिज़